ਇੱਕ ਨੌਜਵਾਨ ਬੜਾ ਕਾਲਾ ਸੁਭਾਅ ਸੀ ਉਹਦਾ, ਕਿਸੇ ਸਾਧੂ ਫਕੀਰ ਨੂੰ ਜਾ ਕੇ ਕਹਿੰਦਾ, ਜੀ ਮੈਂ ਮਿਹਨਤ ਬੜੀ ਕਰਦਾ, ਗੱਲ ਨੀ ਬਣਦੀ, ਪੂਰੀ ਨੀ ਪੈਂਦੀ, ਛੇਤੀ ਮੈਂ ਅਰਦਾਸਾਂ ਵੀ ਨਹੀਂ ਕਰਨਾ, ਇੰਨੇ ਮੈਂ ਪਾਠ ਕਰਦਾ, ਆਹ ਕਰਦਾ, ਪੂਜਾ ਕਰਦਾ, ਸੇਵਾ ਕਰਦਾ, ਗੱਲ ਬਣਦੀ ਨਹੀਂ। ਕਿਵੇਂ ਬਣੇਗੀ? ਉਹ ਕਹਿੰਦੇ ਇੱਦਾਂ ਕਰ, ਤੈਨੂੰ ਪਹਿਲਾਂ ਕੁਛ ਸਿੱਖਣਾ ਪਏਗਾ। ਉਹਨਾਂ ਨੇ ਵੇਖ ਲਿਆ ਸੁਭਾਅ ਤੋਂ, ਅੰਦਾਜ਼ਾ ਲਾ ਲਿਆ ਵੀ ਸੁਭਾਅ ਇਹਦਾ ਬੜਾ ਕਾਲਾ ਹੈ, ਹਰੇਕ ਚੀਜ਼ ਚਾਹੁੰਦਾ ਵੀ ਹੁਣੇ ਹੀ ਹੋ ਜਾਵੇ, ਮੈਂ ਮੰਗਾਂ ਤੇ ਹਾਜ਼ਰ ਹੋ ਜਾਏ। ਉਹ ਕਹਿੰਦੇ ਕਾਕਾ ਸਿੱਖਣ ਦੀ ਲੋੜ ਹੈ ਤੈਨੂੰ। ਦਰਿਆ ਦੇ ਕੰਢੇ ਤੇ ਲੈ ਗਏ, ਉੱਥੇ ਨਾ ਬੜੇ ਢੇਰ ਪਏ ਨੇ ਪੱਥਰਾਂ ਦੇ, ਨਿੱਕੇ ਨਿੱਕੇ ਕੰਕਰ, ਨਿੱਕੇ ਨਿੱਕੇ ਪੱਥਰ ਪਏ ਨੇ। ਆਹ ਵੇਖ ਪੱਥਰ ਨੇ ਨਾ ਜਿਹੜੇ, ਇਹਨਾਂ ਵਿੱਚ ਇੱਕ ਪਾਰਸ ਪੱਥਰ ਹੈ, ਤੇ ਉਹ ਪੱਥਰ ਜੇ ਤੈਨੂੰ ਮਿਲ ਗਿਆ, ਉਹ ਲੋਹੇ ਦੇ ਨਾਲ ਟੱਚ ਹੋਏਗਾ ਨਾ, ਲੋਹੇ ਨਾਲ ਛੂ ਜਾਏਗਾ, ਤੇ ਲੋਹਾ ਵੀ ਸੋਨਾ ਬਣ ਜਾਏਗਾ। ਪਾਰਸ ਕੋਲ ਕਹਿੰਦੇ ਖੂਬੀ ਹੈ ਕਿ ਉਹ ਲੋਹੇ ਨਾਲ ਛੂ ਜਾਏ ਤੇ ਲੋਹੇ ਨੂੰ ਸੋਨਾ ਬਣਾ ਦਿੰਦਾ। ਉਹ ਕਹਿੰਦਾ ਫਿਰ ਬਾਬਾ ਜੀ ਦੱਸੋ ਕਿਹੜਾ ਪੱਥਰ ਹੈ ਇਹਨਾਂ ਚੋਂ? ਕਹਿੰਦੇ ਇੰਨੇ ਪੱਥਰ ਨੇ, ਇਹ ਤੇ ਤੈਨੂੰ ਆਪ ਲੱਭਣਾ ਪਏਗਾ। ਲੱਭਾਂਗਾ ਕਿਵੇਂ? ਕਹਿੰਦੇ ਇੱਥੇ ਬਹਿ ਜਾ, ਕੱਲਾ ਕੱਲਾ ਪੱਥਰ ਚੁੱਕ ਕੇ ਤੇ ਦਰਿਆ ਵਿੱਚ ਸੁੱਟੀ ਜਾ। ਪਾਰਸ ਜਦੋਂ ਤੇਰੇ ਹੱਥ ਵਿੱਚ ਆਏਗਾ ਨਾ, ਪਾਰਸ ਦੀ ਪਛਾਣ ਹੈ, ਪਾਰਸ ਗਰਮ ਹੋਏਗਾ, ਬਾਕੀ ਪੱਥਰ ਠੰਡੇ ਨੇ, ਪਾਰਸ ਦੇ ਵਿੱਚ ਗਰਮਾਹਟ ਹੋਏਗੀ, ਉਹ ਚਮਕਦਾਰ ਹੋਏਗਾ। ਉਹ ਕਹਿੰਦਾ ਜੀ ਇੰਨੇ ਹਜ਼ਾਰਾਂ ਪੈ ਕਿਵੇਂ ਪਛਾਣਾਂਗਾ? ਕਹਿੰਦੇ ਤੇ ਤੈਨੂੰ ਮਿਹਨਤ ਕਰਨੀ ਪੈਣੀ, ਲੱਖਾਂ ਪੱਥਰ ਨੇ, ਉਹਨੇ ਇੱਕ ਇੱਕ ਚੁੱਕਣਾ, ਦਰਿਆ ਵਿੱਚ ਸੁੱਟਣਾ ਸ਼ੁਰੂ ਕਰ ਦਿੱਤਾ। ਇੱਕ ਦਿਨ ਕੀਤਾ, ਦੂਜੇ ਦਿਨ ਕੀਤਾ, ਤੀਜੇ ਦਿਨ ਕੀਤਾ। ਜਦੋਂ ਹੁਣ ਆਪਾਂ ਇੱਕ ਕੰਮ ਨੂੰ ਬਾਰ 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 ਕਰਦੇ ਹਾਂ ਨਾ, ਸਾਡਾ ਮਨ ਅਚੇਤ ਹੀ ਉਸ ਕੰਮ ਨੂੰ ਕਰਨ ਲੱਗ ਪੈਂਦਾ, ਮਨ ਸੁਚੇਤ ਨਹੀਂ ਹੁੰਦਾ। ਕਈ ਵਾਰੀ ਏਦਾਂ ਲੱਗਦਾ ਦਿਮਾਗ ਸੁੱਤਾ ਪਿਆ, ਬੰਦਾ ਗੱਡੀ ਚਲਾ ਰਿਹਾ, ਦਿਮਾਗ ਕਿਤੇ ਹੋਰ ਫਿਰਦਾ, ਚੇਤਾ ਹੀ ਨਹੀਂ, ਪਰ ਗੱਡੀ ਚੱਲਦੀ ਜਾ ਰਹੀ ਹੈ। ਉਹ ਰੋਜ਼ ਕਰਨ ਦੇ ਕਰਕੇ ਉਹਦੀ ਲੀਹ ਬਣ ਗਈ ਹੈ, ਇੱਕ ਤਰੀਕਾ ਬਣ ਗਿਆ ਕਰਨ ਦਾ, ਇੱਕ ਪ੍ਰੋਗਰਾਮਿੰਗ ਬਣ ਗਈ ਹੈ ਦਿਮਾਗ ਦੀ ਇੱਦਾਂ ਕਰਨ ਦੀ। ਉਹਨੇ ਰੋਜ਼ ਹੀ ਨਾ ਇੱਕ ਪੱਥਰ ਚੁੱਕਣਾ ਦਰਿਆ ਵਿੱਚ, ਉਹਨੇ ਰੋਜ਼ ਹੀ ਪੱਥਰ ਇੱਕ ਇੱਕ ਕਰਕੇ ਚੁੱਕ ਕੇ ਦਰਿਆ ਵਿੱਚ ਸੁੱਟਣੇ ਸ਼ੁਰੂ ਕੀਤੇ, ਬਹਿ ਜਾਣਾ, ਰੋਜ਼ ਦੇ ਹਜ਼ਾਰਾਂ ਪੱਥਰ ਸੁੱਟ ਦੇਣੇ, ਪਰ ਪਾਰਸ ਨਾ ਲੱਭਿਆ। ਇੱਕ ਦਿਨ, ਦੋ ਦਿਨ, ਤਿੰਨ ਦਿਨ, ਹਫ਼ਤਾ ਲੰਘ ਗਿਆ, ਦੋ ਹਫ਼ਤੇ ਲੰਘ ਗਏ, ਅਜੇ ਤੱਕ ਪਾਰਸ ਲੱਭਿਆ ਹੀ ਨਾ। ਕਾਲਾ ਸੁਭਾਅ ਸੀ ਬੜਾ, ਕਹਿੰਦਾ ਲੱਭਦਾ ਹੀ ਨਹੀਂ, ਹੁਣ ਚੁੱਕਦਾ ਸੁੱਟਦਾ, ਚੁੱਕਦਾ ਸੁੱਟਦਾ, ਚੁੱਕਦਾ ਸੁੱਟਦਾ, ਰੁਟੀਨ ਬਣ ਗਈ। ਮਹੀਨਾ ਇੱਕ ਲੰਘਿਆ, ਹੁਣ ਤੇ ਇੰਨੀ ਸਪੀਡ ਤੇਜ਼ ਹੋ ਗਈ ਨਾ, ਜਿਹੜਾ ਕੰਮ ਆਪਾਂ ਕਰਦੇ ਹਾਂ ਬਾਰ ਬਾਰ ਕਰੀਏ, ਉਹ ਫਿਰ ਗਤੀ ਬਣ ਜਾਂਦੀ ਹੈ, ਉਹਦੀ ਸਪੀਡ ਬਣ ਜਾਂਦੀ। ਹੁਣ ਇੰਨੀ ਸਪੀਡ 'ਚ ਸੁੱਟਦਾ ਹੈ ਕਿ ਮਹਿਸੂਸ ਵੀ ਨਹੀਂ ਹੁੰਦਾ ਛੇਤੀ ਨਾਲ ਵੀ ਪੱਥਰ ਗਰਮ ਹੈ ਕਿ ਠੰਡਾ। ਉਹ ਸਮਾਂ ਆਇਆ ਜਦੋਂ ਹੱਥ ਵਿੱਚ ਪਾਰਸ ਆਇਆ, ਗਰਮ ਸੀ ਪਰ ਹੁਣ ਸਪੀਡ ਇੰਨੀ ਜ਼ਿਆਦਾ ਸੀ ਨਾ ਉਹਦੀ, ਉਹਨੇ ਉਹ ਵੀ ਚੁੱਕ ਕੇ ਜਿੱਥੇ ਬਾਕੀ ਪੱਥਰ ਸੁੱਟਦਾ ਸੀ ਦਰਿਆ 'ਚ ਸੁੱਟਦਾ। ਬਾਅਦ ਵਿੱਚ ਪਤਾ ਲੱਗਾ, ਕਹਿੰਦਾ ਇਹ ਵੱਖਰਾ ਸੀ, ਉਹ ਜਾਂਦਾ ਰਿਹਾ, ਲੰਘ ਗਿਆ, ਹੁਣ ਕੀ ਕਰਾਂ? ਗਿਆ ਉਹ ਜਿਹੜੇ ਸਾਧੂ ਕੋਲ ਜਾ ਕੇ, ਕਹਿੰਦਾ ਬਾਬਾ ਜੀ ਪੱਥਰ ਲੱਭਿਆ ਸੀ, ਪਾਰਸ ਲੱਭਿਆ ਸੀ, ਗੁਆਚ ਗਿਆ। ਉਹ ਕਹਿੰਦੇ ਅਸਲੀ ਪਾਰਸ ਨਾਲ ਨਹੀਂ ਗੱਲ ਤੇਰੀ ਬਣਨੀ, ਅਸਲੀ ਤੈਨੂੰ ਸੁਭਾਅ ਬਦਲਣਾ ਪੈਣਾ ਆਪਣਾ। ਜ਼ਿੰਦਗੀ ਵਿੱਚ ਕੱਲਾ ਕੱਲਾ ਸਾਹ ਬੜਾ ਕੀਮਤੀ ਹੈ, ਹਰ ਜ਼ਿੰਦਗੀ ਦਾ ਪਲ ਕੀਮਤੀ ਹੈ, ਕੋਈ ਸ਼ੱਕ ਨਹੀਂ, ਜ਼ਿੰਦਗੀ ਦਾ ਮਿੰਟ ਮਿੰਟ ਕੀਮਤੀ ਹੈ, ਪਲ ਪਲ ਕੀਮਤੀ ਹੈ, ਪਰ ਕੋਈ ਪਲ ਏਦਾਂ ਦਾ ਜਿਹੜਾ ਪਾਰਸ ਵਰਗਾ ਹੁੰਦਾ?
ਜਿਹੜਾ ਸਾਡੀ ਸਾਰੀ ਜ਼ਿੰਦਗੀ ਨੂੰ ਸੋਨੇ ਵਰਗੀ ਬਣਾ ਸਕਦਾ ਹੁੰਦਾ। ਕਈ ਵਾਰੀ ਇੱਕ ਗੱਲ ਹੀ ਅਸਰ ਕਰ ਜਾਂਦੀ ਹੈ ਜ਼ਿੰਦਗੀ, ਉਹਦੇ ਨਾਲ ਤਬਦੀਲ ਹੋ ਜਾਂਦੀ ਹੈ ਬੜੀ, ਸਾਰਾ ਕੁਛ ਹੀ ਬਦਲ ਜਾਂਦਾ, ਢੰਗ ਹੀ ਬਦਲ ਜਾਂਦਾ ਬੰਦੇ ਦੇ ਜੀਣ ਦਾ। ਪਹਿਲਾਂ ਸ਼ਰਾਬਾਂ ਪੀਂਦਾ ਸੀ, ਬਸ ਇੱਕ ਗੱਲ ਐਸੀ ਮਨ 'ਤੇ ਲੱਗੀ ਕਹਿੰਦਾ ਨਹੀਂ ਅੱਜ ਤੋਂ ਨਹੀਂ ਪੀਣੀ, ਮੁੜ ਕੇ ਮੂੰਹ ਹੀ ਨਹੀਂ ਕੀਤਾ, ਠੇਕੇ ਵੱਲ ਗਿਆ ਹੀ ਨਹੀਂ ਕਦੇ। ਉਹ ਪਾਰਸ ਜਦੋਂ ਆਉਂਦਾ ਨਾ ਹੱਥ ਵਿੱਚ, ਹੁਣ ਸਾਡੀ ਪ੍ਰੋਗਰਾਮਿੰਗ ਇੱਦਾਂ ਦੀ ਬਣੀ ਹੈ, ਆਦਤ ਇੱਦਾਂ ਦੀ ਬਣੀ ਹੈ, ਆਪਾਂ ਜਿਵੇਂ ਬਾਕੀ ਸਮਾਂ ਪਾਸ ਕਰਦੇ ਹਾਂ ਨਾ, ਗਵਾਈ ਜਾਂਦੇ ਹਾਂ, ਗਵਾਈ ਜਾਂਦੇ ਹਾਂ, ਸੁੱਟੀ ਜਾਂਦੇ ਹਾਂ ਦਰਿਆ 'ਚ। ਜਦੋਂ ਕਿਤੇ ਸਤ ਸੰਗਤ ਦਾ ਸਮਾਂ ਆਉਂਦਾ ਹੈ, ਉਹ ਸਮਾਂ ਆਉਂਦਾ ਜਿਹੜਾ ਸੱਚਮੁੱਚ ਸਾਡੇ ਵਿੱਚ ਤਬਦੀਲੀ ਲਿਆ ਸਕਦਾ ਹੈ, ਸਾਨੂੰ ਬਦਲ ਸਕਦਾ ਹੈ, ਆਪਾਂ ਉਹ ਵੀ ਇੱਦਾਂ ਗਵਾ ਦਿੰਦੇ ਹਾਂ ਜਿਵੇਂ ਬਾਕੀ ਸਮਾਂ ਗਵਾਉਂਦੇ ਹਾਂ। ਜਿਵੇਂ ਉਹਨੇ ਪਾਰਸ ਸੁੱਟ ਦਿੱਤਾ ਨਾ, ਮਹਾਰਾਜ ਕਹਿੰਦੇ ਜਿਹੜਾ ਸਤ ਸੰਗਤ ਦਾ ਸਮਾਂ ਹੈ, ਇਹ ਬੜਿਆਂ ਵੱਡਿਆਂ ਭਾਗਾਂ ਨਾਲ ਮਿਲਦਾ। ਇਹ ਤਾਂ ਆਪਾਂ ਹਰ ਰੋਜ਼ ਹੀ ਪੜ੍ਹਦੇ ਹਾਂ, ਬੜਿਆਂ ਤੋਂ ਤੁਸੀਂ ਸੁਣਿਆ ਵੀ ਹੋਏਗਾ, ਜਦੋਂ ਕਿਤੇ ਘਰ ਵਿੱਚ ਪ੍ਰੋਗਰਾਮ ਹੁੰਦਾ, ਕੋਈ ਅਖੰਡ ਪਾਠ ਸਾਹਿਬ ਹੁੰਦਾ ਹੈ, ਕਿਤੇ ਗੁਰਦੁਆਰੇ ਵਿੱਚ ਪ੍ਰੋਗਰਾਮ ਹੁੰਦਾ, ਹਰੇਕ ਪ੍ਰਚਾਰਕ ਹਰੇਕ ਗ੍ਰੰਥੀ ਸਿੰਘ ਇਹ ਕਹਿੰਦਾ ਵੀ ਬਿਨਾਂ ਭਾਗਾਂ ਤੋਂ ਸਤਸੰਗ ਨਹੀਂ ਲੱਭਦਾ, ਬਿਨ ਭਾਗਾਂ ਸਤਸੰਗ ਨਾ ਲੱਭੇ, ਹਰੇਕ ਕਹਿੰਦਾ। ਪਰ ਸਾਡਾ ਹੁਣ ਧਿਆਨ ਇੰਨਾ ਕੁ ਅਚੇਤ ਮਨ ਨਾਲ ਆਪਾਂ ਬਹਿ ਜਾਂਦੇ ਹਾਂ ਕਿ ਆਪਾਂ ਜਿਵੇਂ ਬਾਕੀ ਸਮਾਂ ਗੁਜ਼ਾਰਦੇ ਹਾਂ ਨਾ, ਕਈ ਵਾਰੀ ਸਤਸੰਗਤ ਦਾ ਸਮਾਂ ਵੀ ਇੱਦਾਂ ਲੰਘਾ ਦਿੰਦੇ। ਪਰ ਜੇ ਕਿਤੇ ਸੁਚੇਤ ਹੋ ਜਾਈਏ, ਜੇ ਉਹ ਸੁਚੇਤ ਹੋ ਜਾਂਦਾ ਬੰਦਾ, ਪਾਰਸ ਸਾਂਭ ਲੈਂਦਾ, ਬਸ ਫਿਰ ਗੱਲ ਹੀ ਵੱਖਰੀ ਹੋ ਜਾਣੀ। ਫਿਰ ਤਾਂ ਸੋਨੇ ਨੂੰ, ਉਹ ਲੋਹੇ ਨੂੰ ਹੱਥ ਲਾਉਣਾ ਸੀ ਤਾਂ ਸੋਨਾ ਬਣ ਜਾਣਾ ਸੀ। ਗੁਰੂ ਦਾ ਜਿਹੜਾ ਸਤਸੰਗ ਹੈ ਨਾ ਸਤਿਗੁਰੂ ਦੀ, ਇਹ ਸੱਚਮੁੱਚ ਇੰਨਾ ਅਸਰ ਕਰਦੀ ਹੈ। ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਮਹਾਰਾਜ ਕਹਿੰਦੇ ਕੱਚੋਂ ਕੰਚਨ ਪਇਓ, ਸ਼ਬਦ ਗੁਰ ਸਰਵਣ ਹੈ ਸੁਣਿਓ। ਕਹਿੰਦੇ ਜੇ ਗੁਰੂ ਦਾ ਸ਼ਬਦ ਆਪਣੇ ਆ ਕੰਨਾਂ ਨਾਲ ਸੁਣ ਲਵੇ ਨਾ, ਕੱਚ ਵਰਗਾ ਜੀਵਨ ਕੰਚਨ ਵਰਗਾ ਬਣ ਜਾਂਦਾ। ਕੱਚ ਜਿਹਦੀ ਕੋਈ ਕੀਮਤ ਨਹੀਂ, ਬਾਜ਼ਾਰਾਂ 'ਚ ਆਮ ਵਿਕਦਾ, ਕੋਈ ਨਹੀਂ ਪੁੱਛਦਾ ਕੱਚ ਨੂੰ ਕਿੰਨਾ ਕਿੰਨਾ ਕੱਚ ਤੁਰਿਆ ਫਿਰਦਾ, ਪਰ ਹੀਰੇ ਦੀ ਕੀਮਤ ਹੈ। ਹੀਰਾ ਵੇਖਿਆ ਕਦੀ ਤਾਂ ਹੱਟੀ ਲੱਗੀ ਹੋਵੇ ਬਾਹਰ, ਮੁੱਲ ਪੈ ਜਾਂਦਾ ਜ਼ਿੰਦਗੀ ਦਾ। ਜੇ ਗੁਰੂ ਦਾ ਸ਼ਬਦ ਸੁਣ ਲਈਏ, ਗੁਰੂ ਦਾ ਸ਼ਬਦ ਅਸਰ ਕਰ ਲਈਏ, ਸਤਿਗੁਰੂ ਦੀ ਬਾਣੀ ਨੂੰ ਸਮਝ ਲਈਏ, ਸ਼ਬਦ ਗੁਰ ਸਰਵਣ ਹੈ ਸੁਣਿਓ, ਜ਼ਹਿਰ ਵਰਗਾ ਜੀਵਨ ਕੌੜਾ ਜੀਵਨ, ਹਰ ਸਮੇਂ ਅੰਦਰ ਭਟਕਣਾ ਲੱਗੀ ਹੋਈ ਹੈ, ਅੰਦਰ ਅੱਗ ਬਲ ਰਹੀ ਹੈ, ਈਰਖਾ ਚੱਲ ਰਹੀ ਹੈ, ਸਾੜਾ ਚੱਲ ਰਿਹਾ ਹੈ, ਹੰਕਾਰ ਭਰਿਆ ਹੋਇਆ, ਗੁੱਸਾ ਭਰਿਆ ਹੋਇਆ, ਇਹ ਜ਼ਹਿਰ ਵਰਗਾ ਜੀਵਨ ਹੈ। ਇਹਦਾ ਨੁਕਸਾਨ ਕਿਸੇ ਨੂੰ ਨਹੀਂ ਹੋ ਰਿਹਾ, ਜਿਹੜੇ ਬੰਦੇ ਨੂੰ ਗੁੱਸਾ ਆਉਂਦਾ ਨਾ, ਉਹਦਾ ਆਪਣਾ ਅੰਦਰ ਅਸ਼ਾਂਤ ਹੁੰਦਾ, ਕੰਮੀ ਬੰਦੇ ਦਾ ਆਪਣਾ ਅੰਦਰ ਅਸ਼ਾਂਤ ਪਹਿਲਾਂ ਹੁੰਦਾ, ਲੋਭੀ ਦਾ ਅੰਦਰ ਆਪਣਾ ਅਸ਼ਾਂਤ ਹੁੰਦਾ, ਟਿਕ ਕੇ ਨਹੀਂ ਬਹਿ ਸਕਦਾ, ਉਹਨੂੰ ਭਟਕਣਾ ਲੱਗੀ ਰਹੇਗੀ। ਸਭ ਤੋਂ ਪਹਿਲਾਂ ਨੁਕਸਾਨ ਆਪ ਨੂੰ ਹੁੰਦਾ, ਆਪਣਾ ਦਿਲ ਸੜਦਾ ਰਹਿੰਦਾ, ਆਪ ਔਖਾ ਹੁੰਦਾ। ਮਹਾਰਾਜ ਕਹਿੰਦੇ ਜ਼ਹਿਰ ਵਰਗਾ ਜੀਵਨ ਹੈ, ਤੇ ਜੇ ਗੁਰੂ ਦੇ ਲੜ ਲੱਗ ਜਾਏ ਨਾ ਕਿਤੇ, ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ। ਕਹਿੰਦੇ ਗੁਰੂ ਦਾ ਨਾਮ ਆਪਣੀ ਰਸਨਾ ਤੇ ਲਿਆਏਗਾ, ਜ਼ਹਿਰ ਵਰਗਾ ਕੌੜਾ ਜੀਵਨ ਅੰਮ੍ਰਿਤ ਵਰਗਾ ਮਿੱਠਾ ਬਣ ਜਾਂਦਾ।